ਕਿਸੇ ਵੀ ਦੇਸ਼, ਕੌਮ, ਸਮਾਜ ਅਤੇ ਮਨੁੱਖ ਦੀ ਘਾੜਤ ਦੇ ਵਿੱਚ ਅਧਿਆਪਕ ਸਹਿਬਾਨ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸ ਲਈ ਅੱਜ ਮੈਂ ਆਪ ਜੀ ਦੇ ਸਾਹਮਣੇ ਅਧਿਆਪਕਾਂ ਦੀ ਜੋ ਮਹੱਤਤਾ ਹੈ, ਮਹਾਨਤਾ ਹੈ, ਜੋ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ, ਉਸ ਦੇ ਬਾਰੇ ਚੰਦ ਲਾਈਨਾਂ ਰੱਖਣ ਜਾ ਰਿਹਾ ਹਾਂ। ਚਾਨਣ ਵਿਦਿਆ ਦਾ ਫੈਲ ਜੇ ਚੌਂ ਪਾਸੀ, ਚਾਨਣ ਵਿਦਿਆ ਦਾ ਫੈਲ ਜਾਏ ਚੌਂ ਪਾਸੀ, ਮਨ ਦੀ ਰੀਝ ਇਹ ਹਰ ਵਿਦਵਾਨ ਦੀ ਏ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਇਹ ਵੀ ਸਿੱਖਿਆ ਗੁਰੂ ਸਾਹਿਬਾਨ ਦੀ ਏ। ਕਹਿੰਦੇ ਕੌਮ ਉਸਰਈਏ ਅਧਿਆਪਕਾਂ ਨੂੰ, ਕਹਿੰਦੇ ਕੌਮ ਉਸਰਈਏ ਅਧਿਆਪਕਾਂ ਨੂੰ, ਹਰ ਕੌਮ ਹੀ ਇਹਨੂੰ ਪ੍ਰਵਾਨ ਦੀ ਏ। ਆ ਦੋ ਅੱਖਾਂ ਨੇ ਦਾਤ ਪਰਮਾਤਮਾ ਦੀ, ਵਿਦਿਆ ਤੀਸਰੀ ਅੱਖ ਇਨਸਾਨ ਦੀ ਏ। ਦੋ ਅੱਖਾਂ ਨੇ ਦਾਤ ਪਰਮਾਤਮਾ ਦੀ, ਵਿਦਿਆ ਤੀਸਰੀ ਅੱਖ ਇਨਸਾਨ ਦੀ ਏ। ਇਸ ਸ੍ਰਿਸ਼ਟੀ ਦੀ ਸਾਜਨਾ ਨਾਲ ਇੱਥੇ, ਇਸ ਸ੍ਰਿਸ਼ਟੀ ਦੀ ਸਾਜਨਾ ਨਾਲ ਇੱਥੇ ਧੁਰੋਂ ਭੇਜੀ ਸੀ ਪੁਰਖ ਅਕਾਲ ਵਿਦਿਆ, ਪਾਵਨ ਧਰਮ ਗ੍ਰੰਥਾਂ ਦੇ ਵਿੱਚ ਹਰ ਥਾਂ ਸਾਂਭੀ ਪਈ ਏ ਬੇਮਿਸਾਲ ਵਿਦਿਆ। ਜਿੰਨੀ ਵਰਤੀਏ ਓਨੀ ਹੀ ਜਾਏ ਵੱਧਦੀ, ਸਾਗਰ ਗਿਆਨ ਦਾ ਬੜੀ ਵਿਸ਼ਾਲ ਵਿਦਿਆ। ਇਸ ਵਿਦਿਆ ਦੀ ਕਰਦਾ ਏ ਕਦਰ ਜਿਹੜਾ, ਕਰਦੀ ਉਹਨੂੰ ਨਿਹਾਲ ਨਿਹਾਲ ਵਿਦਿਆ। ਇਸ ਵਿਦਿਆ ਦੀ ਕਰਦਾ ਏ ਕਦਰ ਜਿਹੜਾ, ਉਹਨੂੰ ਕਰੇ ਨਿਹਾਲ ਨਿਹਾਲ ਵਿਦਿਆ। ਇੱਕ ਗੱਲ ਮਹਾਨ ਸਤਿਕਾਰਯੋਗ ਅਧਿਆਪਕਾਂ ਦੀ ਸ਼ਖਸੀਅਤ ਬਾਰੇ ਅਤੇ ਉਹਨਾਂ ਦੇ ਰੋਲ ਬਾਰੇ ਇਹ ਕਹਿਣ ਜਾ ਰਿਹਾ ਹਾਂ ਕਿ ਸੂਝ ਬੂਝ ਵਾਲੇ ਸੂਝਵਾਨ ਟੀਚਰ, ਸੂਝ ਬੂਝ ਵਾਲੇ ਸੂਝਵਾਨ ਟੀਚਰ, ਵਗਦੇ ਵਹਿਣਾ 'ਚ ਬੱਚੇ ਨਹੀਂ ਵਹਿਣ ਦਿੰਦੇ, ਇਕੱਠੇ ਰੱਖਦੇ ਗਲੇ ਦੇ ਹਾਰ ਵਾਂਗੂ, ਇੱਕ ਦੂਜੇ ਦੇ ਨਾਲ ਨਹੀਂ ਖਹਿਣ ਦਿੰਦੇ। ਵਿਦਿਆ ਨਾਲ ਵਿਦਿਆਰਥੀ ਵਰਗ ਤਾਈਂ ਨੈਤਿਕ ਗੁਣਾਂ ਦੇ ਗਹਿਣੇ ਨੇ ਪਹਿਣ ਦਿੰਦੇ, ਤੇ ਪੂਰੀ ਸੋਚ ਇਹ ਭਾਵੇਂ ਨਹੀਂ ਬਦਲ ਸਕਦੇ, ਪਰ ਪਹਿਲੀ ਸੋਚ ਵੀ ਨਹੀਂ ਇਹ ਰਹਿਣ ਦਿੰਦੇ। ਪੂਰੀ ਸੋਚ ਇਹ ਭਾਵੇਂ ਨਹੀਂ ਬਦਲ ਸਕਦੇ, ਪਰ ਪਹਿਲੀ ਸੋਚ ਵੀ ਨਹੀਂ ਇਹ ਰਹਿਣ ਦਿੰਦੇ। ਅੱਜ ਸਾਡੇ ਵਿਦਿਅਕ ਜੋ ਹਾਲਾਤ ਨੇ, ਚੰਦ ਲੈਣਾ ਉਸ ਬਾਰੇ ਕਿ ਵਪਾਰੀਕਰਨ ਅੱਜ ਵਿਦਿਆ ਦਾ ਹੋ ਚੁੱਕਾ, ਵਪਾਰੀਕਰਨ ਅੱਜ ਵਿਦਿਆ ਦਾ ਹੋ ਚੁੱਕਾ। ਹਰ ਕੋਈ ਚਿੰਤਾ ਦੇ ਨਾਲ ਗਰਸਿਆ ਏ, ਨਕਲ ਵਾਲੀ ਬਿਮਾਰੀ ਵੀ ਚੰਬੜੀ ਏ, ਫਨੀਅਰ ਸੱਪ ਵਾਂਗੂ ਸਾਨੂੰ ਦੱਸਿਆ ਏ। ਦਿਨ ਦੀਵੀ ਵਿਦਿਆਰਥੀ ਨੇ ਕਰਦੇ, ਇਹ ਵੀ ਬੜੀ ਗੰਭੀਰ
ਸਮੱਸਿਆ ਏ ਤੇ ਦਿਸਦਾ ਨਹੀਂ ਹੈ ਅੱਗੋਂ ਭਵਿੱਖ ਕੋਈ, ਸੋਚਾਂ ਵਾਲੇ ਛਿਕੰਜੇ ਵਿੱਚ ਕੱਸਿਆ ਏ, ਦਿਸਦਾ ਨਹੀਂ ਹੈ ਅੱਗੇ ਭਵਿੱਖ ਕੋਈ, ਸੋਚਾਂ ਵਾਲੇ ਛਿਕੰਜੇ ਵਿੱਚ ਕੱਸਿਆ ਏ, ਤੋ ਸਾਰੇ ਵਿਦਿਕ ਅਦਾਰੇ ਇੱਕ ਸੇਧ ਦੇਵਣ, ਸਾਰੇ ਵਿਦਿਕ ਅਦਾਰੇ ਇੱਕ ਸੇਧ ਦੇਵਣ, ਇਹਦੇ ਲਈ ਕਮੇਟੀ ਬਣਾਈ ਜਾਵੇ, ਟ੍ਰੇਨਿੰਗ ਸੰਸਥਾ ਨਾਲ ਹੀ ਕਾਇਮ ਕਰਕੇ ਅਧਿਆਪਕਾਂ ਤਾਈਂ ਦਿੱਤੀ ਸਿਖਲਾਈ ਜਾਵੇ, ਨੈਤਿਕ ਕੀਮਤਾਂ ਜੇਸ ਨਾਲ ਹੋਣ ਉੱਚੀਆਂ, ਨੈਤਿਕ ਕੀਮਤਾਂ ਜੇਸ ਨਾਲ ਹੋਣ ਉੱਚੀਆਂ, ਐਸੀ ਵਿਦਿਕ ਪ੍ਰਣਾਲੀ ਅਪਣਾਈ ਜਾਵੇ, ਪੜ੍ਹਦੇ ਸਾਰ ਹੀ ਕੋਈ ਰੁਜ਼ਗਾਰ ਮਿਲ ਜਾਏ, ਐਸੀ ਨੀਤੀ ਕੋਈ ਘੜੀ ਕਢਾਈ ਜਾਵੇ, ਪੜ੍ਹਦੇ ਸਾਰ ਹੀ ਕੋਈ ਰੁਜ਼ਗਾਰ ਮਿਲ ਜਾਏ, ਐਸੀ ਨੀਤੀ ਕੋਈ ਘੜੀ ਕਢਾਈ ਜਾਵੇ, ਤੋ ਅਧਿਆਪਕਾਂ ਦੇ ਸਤਿਕਾਰ ਦੇ ਲਈ ਇੱਕ ਬੰਦ, ਮਾਪੇ ਝਿੜਕਦੇ ਜਿਸ ਤਰ੍ਹਾਂ ਬੱਚਿਆਂ ਨੂੰ, ਮਾਪੇ ਝਿੜਕਦੇ ਜਿਸ ਤਰ੍ਹਾਂ ਬੱਚਿਆਂ ਨੂੰ, ਉਦਾਂ ਹੈ ਅਧਿਕਾਰ ਅਧਿਆਪਕਾਂ ਦਾ, ਉਹ ਤਾਂ ਕਦੇ ਵੀ ਸਫਲ ਨਾ ਹੋਏ ਜਿਹੜਾ ਦੇਵੇ ਡਰ ਉਤਾਰ ਅਧਿਆਪਕਾਂ ਦਾ, ਉਹ ਤਾਂ ਕਦੇ ਵੀ ਸਫਲ ਨਾ ਹੋਏ ਜਿਹੜਾ ਦੇਵੇ ਡਰ ਉਤਾਰ ਅਧਿਆਪਕਾਂ ਦਾ, ਆਪਣੇ ਆਪ ਹੀ ਖਾਸ ਪ੍ਰਭਾਵ ਪਾਉਂਦਾ ਉੱਚਾ ਸੁੱਚਾ ਕਿਰਦਾਰ ਅਧਿਆਪਕਾਂ ਦਾ, ਤੇ ਜਿੰਨਾ ਹੋ ਸਕਦਾ ਉਸ ਤੋਂ ਵੱਧ ਕਰੀਏ ਜਾਚਕ ਮਾਣ ਸਤਿਕਾਰ ਅਧਿਆਪਕਾਂ ਦਾ, ਜਿੰਨਾ ਹੋ ਸਕਦਾ ਉਸ ਤੋਂ ਵੱਧ ਕਰੀਏ ਜਾਚਕ ਮਾਣ ਸਤਿਕਾਰ ਅਧਿਆਪਕਾਂ ਦਾ, ਜਾਚਕ ਮਾਣ ਸਤਿਕਾਰ ਅਧਿਆਪਕਾਂ ਦਾ, ਜਾਚਕ ਮਾਣ ਸਤਿਕਾਰ ਅਧਿਆਪਕਾਂ ਦਾ।